ਗੁੱਡ ਮਾਰਨਿੰਗ ਸਟੂਡੈਂਟਸ ਬੇਟਾ ਆਪਾਂ ਅੱਜ ਐਨਐਮਐਮਐਸ ਤੇ ਐਨਟੀਐਸਸੀ ਸੀਰੀਜ਼ ਦਾ ਵੀਡੀਓ ਫਿਫਥ ਕਰ ਰਹੇ ਆ ਜਿਦੇ ਚ ਆਪਾਂ ਨੇ ਮਿਕਸਡ ਸੀਰੀਜ਼ ਕਰਨੀ ਹੈ ਪਹਿਲਾ ਸੀਰੀਜ਼ ਸੀ ਜਿੱਚ ਨੰਬਰਸ ਤੇ ਅਲਫਾਬੈਟ ਸੀਗੇ ਹੁਣ ਆਪਾਂ ਨੇ ਸੀਰੀਜ਼ ਕਰਨੀ ਹੈ ਜਿਸ ਚ ਨੰਬਰਸ ਤੇ ਸਿੰਬਲਸ ਹੋਣਗੇ ਕਲੀਅਰ ਹੈ ਕਰੀਏ ਤੇ ਜੇ ਚੈਨਲ ਤੇ ਨਵੇਂ ਹੋ ਬੇਟਾ ਪਹਿਲਾਂ ਸਬਸਕ੍ਰਾਈਬ ਕਰ ਲਓ ਫਟਾਫਟ ਠੀਕ ਹੈ ਲੋ ਸੁਣੀਏ ਪਹਿਲਾ ਕੁਐਸਚਨ ਦੇਖੋ ਸਿੰਬल्स ਆ ਮਤਲਬ ਤਾਂ ਪਤਾ ਹੋਣਾ ਤੁਸੀਂ ਕੰਪਿਊਟਰ ਦੇ ਦੇਖਿਓ ਨੇ ਇੱਕ ਸਿੰਬਲ ਹੁੰਦਾ ਡਾਲਰ ਇੱਕ ਸਿੰਬਲ ਹੁੰਦਾ ਡੈਲਟਾ ਵੀ ਹੋ ਸਕਦਾ ਹੈਸ਼ ਵੀ ਹੋ ਸਕਦਾ ਹੈ ਜਾਂ ਪਰਸੈਂਟੇਜ ਸਿੰਬਲ ਹੋ ਸਕਦਾ ਬਥੇਰੇ ਤਰ੍ਹਾਂ ਦੇ ਸਿੰਬल्स ਹੁੰਦੇ ਨੇ ਇਹ ਜਿਹੜੇ ਵੀਡੀਓ ਦੇ ਵਿੱਚ ਆਪਾਂ ਨੇ ਸਿੰਬल्स ਨੰਬਰਸ ਹੋਣ ਇਹਦੇ ਵਿੱਚ ਤਿੰਨੋ ਚੀਜ਼ ਜਾਣਗੇ ਨੰਬਰਸ ਵੀ ਆਣਗੇ ਸਿੰਬल्स ਵੀ ਆਣਗੇ ਤੇ ਅਲਫਾਬੈਟ ਵੀ ਆਣਗੇ ਦੇਖੋ ਜਿਵੇਂ ਆ ਆਪਣੇ ਕੋਲ ਆ ਸੀਰੀਜ਼ ਦਿੱਤੀ ਹੋਈ ਹੈ ਬੇਟਾ ਠੀਕ ਹੈ ਆਪਾਂ ਨੂੰ ਇੱਥੇ ਕਹਿ ਰਿਹਾ ਪਹਿਲਾ ਕੁਸ਼ਣ ਦੇਖੋ ਫੋਰਥ ਹਾਊ ਮੈਨੀ ਸੱਚ ਵੋਵਲਸ ਕਹਿੰਦਾ ਕਿੰਨੇ ਐ ਜੇ ਵੋਵਲਸ ਨੇ ਵੋਵਲ ਤੁਹਾਨੂੰ ਪਤਾ ਹੀ ਹੈ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਕੀ ਹੁੰਦੇ ਨੇ ਏ ਈ ਆਈ ਓ ਯੂ ਆ ਪੰਜ ਵੋਵਲ ਨੇ ਬਾਕੀ ਸਾਰੇ ਕੰਸੋਨੈਂਟ ਨੇ ਠੀਕ ਹੈ ਕਹਿੰਦਾ ਇੱਥੇ ਕਿੰਨੇ ਐ ਜੇ ਵੋਵਲਸ ਨੇ ਆ ਜਿਹੜੇ ਕੀ ਇਮੀਡੀਏਟਲੀ ਪ੍ਰਸੀਡਡ ਬਾਇ ਅ ਨੰਬਰ ਉਸ ਤੋਂ ਪਹਿਲਾਂ ਨੰਬਰ ਆ ਰਿਹਾ ਜਾਂ ਇਹ ਚ ਵਰਡ ਯਾਂ ਹੈ ਧਿਆਨ ਰੱਖਣਾ ਇਮੀਡੀਏਟਲੀ ਫਾਲੋਡ ਬਾਏ ਸਿੰਬਲ ਵੋਵਲ ਦੇ ਪਿੱਛੇ ਸਿੰਬਲ ਹੈ ਆ ਦੋਨਾਂ ਚ ਕੁਝ ਹੈ ਉਹ ਆਪਾਂ ਨੇ ਵੋਵਲ ਪਤਾ ਕਰਨੇ ਨੇ ਕਿਹੜੇ-ਕਿਹੜੇ ਨੇ ਦੇਖੀਏ ਪਹਿਲਾ ਵੋਵਲ ਸ਼ੁਰੂ ਕਰੋ ਲੱਭਣੇ ਕੇ ਵੋਵਲ ਨਹੀਂ ਹੈ ਪੀ ਵੋਵਲ ਨਹੀਂ ਹੈ ਫਾਈਵ ਵੋਵਲ ਨਹੀਂ ਹੈ ਏ ਈ ਆਈਓ ਯੂ ਚ ਦੇਖੋ ਆ ਵੀ ਨਹੀਂ ਹੈ ਇੱਕ ਏ ਈ ਵੋਵਲ ਹੈ ਦੇਖੋ ਇਹਦੇ ਅੱਗੇ ਕੀ ਹੈ ਨੰਬਰ ਹੈ ਜਾਂ ਤਾਂ ਨੰਬਰ ਹੋਣਾ ਚਾਹੀਦਾ ਹੈ ਜਾਂ ਅੱਗੇ ਨੰਬਰ ਹੋਵੇ ਜਾਂ ਪਿੱਛੇ ਤੋ ਹੋਵੇ ਸਿੰਬਲ ਹੋਵੇ ਇਹਦੇ ਦੇਖੋ ਪਿੱਛੇ ਨੰਬਰ ਹੈ ਨਾ ਇਹ ਤਾਂ ਲੈਣਾ ਨਹੀਂ ਆਪਾਂ ਨੇ ਇਹਦੇ ਦੇਖੋ ਅੱਗੇ ਨੰਬਰ ਨਹੀਂ ਹੈ ਪਿੱਛੇ ਸਿੰਬਲ ਹੈ ਇਹ ਲਵਾਂਗੇ ਜੀ ਹੋਰ ਦੇਖੋ ਹੋਰ ਕੋਈ ਏ ਈ ਆਈ ਆ ਆਈ ਪਿਆ ਇਹਦੇ ਅੱਗੇ ਨੰਬਰ ਨਹੀਂ ਹੈ ਪਿੱਛੇ ਵੋਵਲ ਹੋ ਨਹੀਂ ਹੈ ਸਿੰਬਲ ਵੀ ਨਹੀਂ ਹੈ ਇਹ ਵੀ ਨਹੀਂ ਲੈਣਾ ਹੋਰ ਆ ਗਿਆ ਯੂ ਯੂ ਦੇ ਜਾਂ ਤਾਂ ਅੱਗੇ ਨੰਬਰ ਹੋਵੇ ਅੱਗੇ ਨੰਬਰ ਨਹੀਂ ਹੈ ਚ ਵੀ ਪਿੱਛੇ ਸਿੰਬਲ ਵੀ ਨਹੀਂ ਹੈ ਦੋਨਾਂ ਚ ਇੱਕੋ ਜਿਹੀ ਜੀ ਨਹੀਂ ਹੈ ਵੀ ਨਹੀਂ ਲੈਣਾ बस तो ये सिर्फ इक् आया ए तो की होगा बेटा आंसर हो वन एक आया ए क्लीयर है चलो दूजा क्वेश्चन देखिए विच ऑफ द फॉलिंग इज द सिक्स्थ टू द राइट ऑफ द फिफ्टीन एलीमेंट फ्रॉम द राइट एंड द अबव अरेंजमेंट विच ऑफ द फॉलिंग इज द सिक्स्थ टू राइट ऑफ फिफटीनथ एलीमेंट फ्रॉम द राइट ਪਹਿਲਾ ਤਾਂ ਇੱਥੋਂ ਵੜੋ 15th ਐਲੀਮੈਂਟ ਫਰੋਮ ਦੀ ਰਾਈਟ ਰਾਈਟ ਤੋਂ 15ਵਾਂ ਐਲੀਮੈਂਟ ਗਿਓ 1 2 3 4 5 6 7 8 9 10 11 12 13 14 15ਵਾਂ 15ਵਾਂ ਐਲੀਮੈਂਟ ਤੁਹਾਡਾ A ਹੈ ਮੇਰੇ ਖਿਆਲ ਨਾਲ ਠੀਕ ਹੈ ਸਭ ਤੋਂ ਪਹਿਲਾਂ ਤਾਂ A ਤੇ ਚਾਇ ਸਰਕਲ ਵਾਲੋ ਕਹਿੰਦਾ 15th ਫਰਮ ਦਾ ਰਾਈਟ ਦੇਖਿਆ ਵਿਚ ਆਫ ਦਾ ਫੋਲੋਇੰਗ ਇਜ਼ ਦੀ 6th ਟੂ ਦੀ ਰਾਈਟ ਇਹਦੇ 6th ਟੂ ਦੀ ਰਾਈਟ ਜਾਣਾ ਹੈ 1 2 3 4 5 6 ਦੇਖੋ ਇਹਦਾ ਆਨਸਰ T ਆਊਗਾ ਕਲੀਅਰ ਹੈ ਦੇਖੋ ਇਹਦਾ ਆਨਸਰ ਪਹਿਲੀ ਚੁਆਇਸ ਹੈ T ਹੈ ਕਲੀਅਰ ਹੈ ਬੇਟਾ ਇਜ਼ੀ ਹੈ ਛੋਟਾ ਕੁਝ ਖਾਸ ਨਹੀਂ ਚਲੋ ਲਾਸਟ ਦੇਖੀਏ ਤੀਸਰਾ Which of the following is in exactly middle between exactly middle? which seventh from the left and ninth from the right? Seventh from the left and ninth from the right. Seventh from the left. Left to seventh number. De. One two three four five six seven. Seventh from the left and. ਤੇ ਰਾਈਟ ਤੋਂ 9th ਨੰਬਰ ਦੇ 1 2 3 4 5 6 7 8 9 30 ਆ ਗਿਆ ਇਹ ਦੋਨਾਂ ਦੇ ਮਿਡਲ 'ਚ ਦੇਖੋ ਕਿਹੜਾ ਅੱਖਰ ਹੈ ਮਿਡਲ 'ਚ ਕਿਵੇਂ ਲੱਭਣ ਦਾ ਤਰੀਕਾ ਬੈਸਤ ਤਰੀਕਾ ਇੱਕ ਇਧਰੋਂ ਘੱਟੀ ਚੱਲੋ ਈ ਕੱਟਦਾ ਇਧਰੋਂ ਆਈ ਠੀਕ ਹੈ ਮਿਡਲ ਦੇ ਵਿੱਚ ਕੱਢਣ ਦਾ ਬੈਸਤ ਤਰੀਕਾ ਹੈ ਇਹ ਇੱਕ ਇਧਰੋਂ ਕੱਟ ਲਓ ਟੂ ਇਧਰ ਗਿਆ ਐਚ ਇਧਰ ਹੋ ਗਿਆ ਡੀ ਇਧਰ ਹੋ ਗਿਆ ਐਫ ਇਧਰ ਹੋ ਗਿਆ ਏ ਇਧਰ ਹੋ ਗਿਆ 4 ਰਹਿ ਗਿਆ ਕਿਹੜਾ ਆਹਾ ਸਿੰਬਲ ਇਹ ਤੁਹਾਡਾ ਇਹ ਆਨਸਰ ਹੋਊਗਾ ਦੇਖੋ ਐਜਾ ਆਨਸਰ ਹੈ ਕੁਝ ਹੈ ਨਹੀਂ ਇਹਦਾ ਮਤਲਬ ਇਹਦਾ ਆਨਸਰ ਹੋਊਗਾ ਤੁਹਾਡਾ ਨੰਨ ਕਲੀਅਰ ਹੈ ਬੇਟਾ ਦੇਖੋ ਤਿੰਨੋਂ ਕੁਐਸਚਨ ਸਮਝ ਆ ਗਏ ਮੇਰੇ ਖਿਆਲ ਨਾਲ ਕਾਫੀ ਈਜ਼ੀ ਹੈ ਇਹ ਕਿਹੜਾ ਕੁਐਸਚਨ ਹੈ ਆਪਣਾ ਮਿਕਸਡ ਸੀਰੀਜ਼ ਹੈ ਜਿਹਦੇ ਵਿੱਚ ਨੰਬਰਸ ਵੀ ਆ ਰਹੇ ਨੇ ਅਲਫਾਬੈਟ ਵੀ ਆ ਰਹੇ ਨੇ ਤੇ ਸਿੰਬਲਸ ਵੀ ਆ ਰਹੇ ਨੇ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਫਿਰ ਵੀ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਕਮੈਂਟ ਬਾਕਸ 'ਚ ਮੈਸੇਜ ਕਰਿਓ ਆਪਾਂ ਇੱਕ ਹੋਰ ਵੀਡੀਓ ਬਣਾ ਦਾਂਗੇ ਥੈਂਕ ਯੂ ਹੈਵ ਅ ਨਾਈਸ ਡੇ